ਸਾਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ ਕੱਲ ਦੀ ਲੋਕ ਰਾਏ ਸੀ ਕਿ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਕੈਚ ਛੁੱਟਣ ਤੋਂ ਬਾਅਦ ਉਸ ਨੂੰ ਖਾਲਿਸਤਾਨੀ ਤੇ ਦੇਸ਼ ਦਾ ਗद्दार ਕਹਿਣਾ ਕਿੰਨਾ ਕੋ ਜਾਇਜ਼ ਹੈ ਕਿ ਅਜਿਹਾ ਕਹਿਣ ਵਾਲੇ ਲੋਕ ਖੁਦ ਦੇਸ਼ ਵਿਰੋਧੀ ਹੁੰਦੇ ਨੇ ਤਾਂ ਇਸ ਦੇ ਨਾਲ 86% ਦੀ ਸਹਿਮਤੀ 14 ਫੀਸਟੇ ਨੂੰ ਲੱਗਦਾ ਹੈ ਕਿ ਜੇ ਹਨ ਨਹੀਂ ਹੁੰਦਾ ਅੱਜ ਹੀ ਲੋਕ ਰਾਇਆ ਕਿ ਬਾਬਲ ਕਲਾ ਗੋਲੀ ਕਾਂਡ ਦੇ ਵਿੱਚ ਸਿੱਟ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇ ਬਾਬਲ ਕਲਾ ਕਾਂਡ ਤੇ ਲਈ ਬਾਦਲ ਜ਼ਿੰਮੇਵਾਰ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਮੂਸੇਵਾਲਾ ਕਤਲ ਦੇ ਲਈ ਜ਼ਿੰਮੇਵਾਰ ਹੈ ਮਜੀਠੀਆ ਦੇ ਇਸ ਕਹਿਣ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ ਜੇ ਸਹਿਮਤ ਹੋ ਯੈਸ ਜਾਂ ਹਾਂ ਲਿਖਿਓ ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ ਖਬਰਾਂ ਵਿਸਥਾਰ ਦੇ ਨਾਲ ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਇਨਸਾਨ ਦੀ ਜਿਸ ਨੂੰ ਲਾਵਾਰਿਸ ਕਹਿ ਕੇ ਸਾੜੀਆਂ ਹਜ਼ਾਰਾਂ ਲਾਸ਼ਾਂ ਦਾ ਵਾਰਿਸ ਕਿਹਾ ਜਾਂਦਾ ਹੈ ਉਸ ਇਨਸਾਨ ਦੀ ਜਿਸ ਨੂੰ ਲੋਕ ਲਾਪਤਾ ਲੋਕਾਂ ਦੀ ਭਾਲ ਵਾਲਾ ਭਾਲ ਕਰਨ ਵਾਲਾ ਕਹਿ ਕੇ ਪਛਾਣਦੇ ਨੇ ਪਰ ਇੱਕ ਦਿਨ ਅਚਾਨਕ ਉਹ ਖੁਦ ਹੀ ਲਾਪਤਾ ਕਰ ਦਿੱਤਾ ਗਿਆ ਜਿਹੜਾ ਅੱਜ ਤੱਕ ਨਹੀਂ ਮਿਲਿਆ ਨਾਮ ਹੈ ਭਾਈ ਜਸਵੰਤ ਸਿੰਘ ਖਾਲੜਾ 6 ਸਤੰਬਰ ਨੂੰ ਉਹਨਾਂ ਦੀ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਦਰਅਸਲ ਪੰਜਾਬ ਦਾ 1980ਵਿਆਂ ਤੇ 90ਵਿਆਂ ਦਾ ਪਹਿਲਾ ਅੱਧ ਖੜਕੂ ਲਹਿਰ ਪੁਲਿਸ ਕਾਰਵਾਈਆਂ ਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਇਸ ਦੌਰ ਦੇ ਵਿੱਚ ਜੇ ਵੱਡੀਆਂ ਵਾਰਦਾਤਾਂ ਹੋਈਆਂ ਤਾਂ ਪੁਲਿਸ ਦਾ ਤਸ਼ੱਦਦ ਵੀ ਹੋਇਆ ਜੇ ਖੜਕੂਆਂ ਨੇ ਵਾਰਦਾਤਾਂ ਕੀਤੀਆਂ ਤਾਂ ਪੁਲਿਸ ਨੇ ਵੀ ਕਹਿਰਾਂ ਦਾ ਤਸ਼ੱਦਦ ਬਰਾਇਆ ਹਿਰਾਸਤੀ ਮੌਤਾਂ ਵੀ ਹੋਈਆਂ ਝੂਠੇ ਪੁਲਿਸ ਮੁਕਾਬਲੇ ਲਗਾਤਾਰ ਚਰਚਾ ਦੇ ਵਿੱਚ ਰਹੇ ਲਾਪਤਾ ਕਰ ਦਿੱਤੇ ਗਏ ਸੀ ਹਜ਼ਾਰਾਂ ਸਿੱਖ ਨੌਜਵਾਨ ਉਹ ਵੀ ਚਰਚਾ ਵਿੱਚ ਰਹੇ ਇਹ ਮਸਲਾ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਦੇ ਨਾਲ ਚਰਚਾ ਦੇ ਵਿੱਚ ਆਇਆ ਜਦੋਂ ਉਹਨਾਂ ਨੇ ਅੰਮ੍ਰਿਤਸਰ ਮਜੀਠਾ ਅਤੇ ਤਰਨਤਾਰਨ ਦੀਆਂ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕਰ ਦਿੱਤੇ ਸੂਚੀ ਨਸ਼ਰ ਕਰ ਦਿੱਤੀ ਭਾਈ ਜਸਵੰਤ ਸਿੰਘ ਖਾਲੜਾ ਨੇ ਦਾਵਾ ਕੀਤਾ ਸੀ ਕਿ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਨੇ ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਕਹਿ ਕੇ ਸਸਕਾਰੀ ਲਾਸ਼ਾਂ ਬਾਰੇ ਖੋਜ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਸਥਾਨਿਕ ਨਗਰ ਨਿਗਮ ਦੀਆਂ ਫਾਈਲਾਂ ਦੇ ਆਧਾਰ 'ਤੇ ਅਜਿਹੇ ਵਿਅਕਤੀਆਂ ਦਾ ਰਿਕਾਰਡ ਖੰਗਾ ਲਿਆ ਤਾਂ ਉਹਨਾਂ ਨੂੰ ਇੱਥੇ 2097 ਜਣਿਆਂ ਦੇ ਸਬੂਤ ਮਿਲੇ ਇਸੇ ਤਰ੍ਹਾਂ ਬਾਕੀ ਸ਼ਹਿਰਾਂ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਵੀ ਮਿਲੇ ਫਿਰ ਉਹਨਾਂ ਦੇ ਨਾਮ ਪਤੇ ਜਾਣੇ ਗਏ ਪਤਾ ਕੀਤੇ ਗਏ ਤੇ ਫਿਰ ਉਹ ਸੂਚੀ ਜਦੋਂ ਨਸ਼ਰ ਕੀਤੀ ਗਈ ਤਾਂ ਦੁਨੀਆ ਭਰ ਦੇ ਵਿੱਚ ਸਨਸਨੀ ਫੈਲ ਗਈ ਸੀ ਦੁਨੀਆ ਕੰਬ ਗਈ ਸੀ ਖਾਲੜਾ ਨੇ ਕੈਨੇਡਾ ਦੀ ਸੰਸਦ ਗੁਰੂਕਾਰ ਅਤੇ ਮੀਡੀਆ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਜੇ ਅੰਮ੍ਰਿਤਸਰ ਦੇ ਸ਼ਹਿਰ ਦੇ ਇੱਕ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਵਿੱਚ ਇੰਨੀ ਵੱਡੀ ਗਿਣਤੀ ਇਹਨਾਂ ਲਾਵਾਰਿਸ ਲਾਸ਼ਾਂ ਦੀ ਹੋ ਸਕਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ 25000 ਤੋਂ ਵੀ ਵੱਧ ਬਣਦੀ ਹੈ ਭਾਏ ਜਸਵੰਤ ਸਿੰਘ ਖਾਲੜਾ ਦੇ ਦਾਅਵੇ ਮੁਤਾਬਕ ਜ਼ਿਆਦਾਤਰ ਲਾਸ਼ਾਂ ਪੁਲਿਸ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਲਿਆ ਕੇ ਹੀ ਸਾੜੀਆਂ ਸਨ ਖਾਲੜਾ ਨੇ ਜਦੋਂ ਖੁਲਾਸਾ ਕੀਤਾ ਤਾਂ ਪੰਜਾਬ ਦੇ ਵਿੱਚ ਤਾਂ ਸਰਕਾਰਾਂ ਹਿੱਲਣੀਆਂ ਹੀ ਸੀ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੇ ਇਸ ਅਲੰਬਰਦਾਰ ਨੇ ਜਿਹੜਾ ਵੱਡਾ ਖੁਲਾਸਾ ਕੀਤਾ ਸੀ ਉਸ ਨੇ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਆਖਿਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਾਣ ਕੀਤਾ ਗਿਆ ਘਰੋਂ ਚੁੱਕ-ਚੁੱਕ ਕੇ ਨੌਜਵਾਨਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ ਅੱਜ ਤੱਕ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਲਾਪਤਾ ਨੌਜਵਾਨਾਂ ਦੇ ਪਰਿਵਾਰ ਅਦਾਲਤਾਂ ਦੇ ਵਿੱਚ ਚੱਕਰ ਕੱਟ ਰਹੇ ਨੇ ਇਨਸਾਫ ਲੈਣ ਦੇ ਲਈ ਤੇ ਹੁਣ ਤੱਕ ਪੁਲਿਸ ਦੇ 13 ਮੁਕਾਬਲੇ ਝੂਠੇ ਸਾਬਤ ਹੋ ਚੁੱਕੇ ਨੇ ਪੁਲਿਸ ਵਾਲੇ ਜੇਲ੍ਹਾਂ ਦੇ ਵਿੱਚ ਬੰਦ ਨੇ ਕਈ ਬੀਬੀਆਂ ਪੈਣਾ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ ਕਿਉਂਕਿ ਜਿੰਨਾ ਨਾਲ ਮੰਗੀਆਂ ਸੀ ਜਿੰਨਾ ਨਾਲ ਵਿਆਹਣੀਆਂ ਸੀ ਪੁਲਿਸ ਨੇ ਚੁੱਕਿਆ ਸਾਨੂੰ ਪਤਾ ਨਹੀਂ ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ ਲੇਕਿਨ ਪਤਾ ਨਹੀਂ ਹੋਊਗਾ ਕਿ ਨਹੀਂ ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਤੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ ਕਿੰਨੇ ਭਰਾ ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਨਿਕਾ ਮਾਵਾ ਅਤੇ ਕ ਪੈਣਾ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ ਉਹ ਕਹਿੰਦੀਆਂ ਸੀ ਪੁੱਤ ਜੇ ਗੱਲ ਤੁਸੀਂ ਗਾਂ ਕਰ ਦਿੱਤੀ ਸਾਡਾ ਪੁੱਤ ਜਿੰਦਾ ਹੈ ਅਜੇ ਉਹ ਮਾਰ ਦੇਣਗੇ ਤੁਸੀਂ ਗੱਲ ਨਾ ਕਰਿਓ ਅਸੀਂ ਤੁਹਾਨੂੰ ਵੀ ਨਹੀਂ ਦੱਸਣਾ ਤਾਂ ਅਸੀਂ ਇੱਕ ਰੱਖ ਜਿਆ ਐਸਟੀਮੇਟ ਦੁਨੀਆ ਦੇ ਸਾਹਮਣੇ ਰੱਖਿਆ ਕਿ ਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 2000 ਬੱਚੇ ਲਾਪਤਾ ਹੈ ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ ਸਰਕਾਰ ਚੁੱਪ ਸੀ ਮੰਗਲਵਾਰ ਨੂੰ ਬਾਬਲ ਕਲਾ ਗੋਲੀ ਕਾਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਸਿੱਟ ਨੇ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫਿਸਰਸ ਇੰਸਟੀਚਿਊਟ ਦੇ ਵਿੱਚ ਸਿੱਟ ਦੇ ਮੂਹਰੇ ਪੇਸ਼ੀ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਕਿਤੇ ਵੀ ਬੁਲਾ ਲੈਣ ਮੈਂ ਕੇਸ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ ਪਰ ਇਸ ਮਾਮਲੇ 'ਚ ਸਿਆਸਤ ਨਹੀਂ ਹੋਣੀ ਚਾਹੀਦੀ। ਸੁਖਬੀਰ ਬਾਦਲ ਨੇ ਇਸ ਮਾਮਲੇ ਦੇ ਵਿੱਚ ਅਸਲ ਦੋਸ਼ੀ ਫੜਨ ਦੀ ਥਾਂ ਸਿਆਸਤ ਕੀਤੇ ਜਾਂਦਾ ਇਲਜ਼ਾਮ ਲਾਇਆ ਤੇ ਵੀ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ 6 ਮਹੀਨੇ ਚ ਕੁਛ ਨਹੀਂ ਕੀਤਾ ਹੁਣ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਸੱਟ ਤੋਂ ਮੈਨੂੰ ਸੰਬੰਧਵਾ ਦਿੱਤਾ ਪਰ ਲੋਕ ਦੋਸ਼ੀਆਂ ਦੀ ਗ੍ਰਿਫਤਾਰੀ ਚਾਹੁੰਦੇ ਨੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਅਤੇ ਗੋਲੀकांड ਮਾਮਲੇ 'ਚ ਇਨਸਾਫ ਚਾਹੁੰਦੇ ਨੇ ਮੈਂ ਉਹੀ ਕਹਿ ਰਿਹਾ ਜਦੋਂ ਵੀ ਅਸੀਂ ਕਿਸੇ ਵੀ ਸਰਕਾਰ ਦੇ ਖਿਲਾਫ ਕੋਈ ਅਸੀਂ ਅਸੀਂ ਸ਼ੁਰੂ ਕਰਦੇ ਹਾਂ ਸੰਘਰਸ਼ ਹੁਣ ਆਮ ਆਦਮੀ ਪਾਰਟੀ ਨੇ ਪਿਛਲੇ 6 ਮਹੀਨੇ ਚ ਕੁਛ ਨਹੀਂ ਕੀਤਾ ਕਰਨਾ ਕੀ ਸੀ ਲੋਕੀ ਦੁਖੀ ਹੋਏ ਪਏ ਆ ਆਪਣਾ ਮੁੱਦੇ ਨੂੰ ਡਾਇਵਰਟ ਕਰਨ ਵਾਸਤੇ ਉਹਨਾਂ ਨੇ ਜਾਣ ਕੇ ਮੈਨੂੰ ਸਵਨ ਕਰਾਇਆ ਬਹਿਬਲ ਕਲਾਂ ਤੋਂ ਬਾਅਦ ਸੁਬੀਰ ਬਾਦਲ ਨੂੰ ਕੋਟਪੂਰਾ ਗੋਲੀकांड ਵਿੱਚ ਵੀ ਤਲਬ ਕੀਤਾ ਗਿਆ ਹੈ 14 ਸਤੰਬਰ ਨੂੰ ਉਹ ਏ ਡੀ ਜੀ ਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਸਿਟ ਦੇ ਮੂਰੇ ਪੇਸ਼ ਹੋਣਗੇ ਇਸ ਸਿਟ ਨੇ ਸੁਬੀਰ ਨੂੰ 3 ਅਗਸਤ ਨੂੰ ਵੀ ਬੁਲਾਇਆ ਸੀ ਪਰ ਸੁਬੀਰ ਬਾਦਲ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਸੰਮਨ ਨਹੀਂ ਮਿਲੇ ਤੇ ਫਿਰ ਸਿਟ ਨੇ ਉਹਨਾਂ ਨੂੰ 14 ਸਤੰਬਰ 14 ਸਤੰਬਰ ਦੇ ਲਈ ਸੰਮਨ ਭੇਜੇ ਨੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਸਾਰੀ ਕਾਰਵਾਈ ਨੂੰ ਸਿਆਸਤ ਉਪਰੇਰਿਤ ਦੱਸਿਆ ਹੈ ਮਜੀਠੀਆ ਨੇ ਕਿਹਾ ਕਿ ਆਮ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣ ਦੇ ਲਈ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਹਿੰਦੇ ਬਾਈਬਲ ਕਲਾ ਗੋਲੀ ਕਾਂਡ ਲਈ ਕਿਸੇ ਵੀ ਤਰ੍ਹਾਂ ਨਾਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜੇ ਬਾਈਬਲ ਕਲਾ ਕਾਂਡ ਦੇ ਲਈ ਸੁਭੀਰ ਬਾਦਲ ਜ਼ਿੰਮੇਵਾਰ ਨੇ ਤਾਂ ਮੂਸੇ ਵਾਲਾ ਕਤਲ ਕਾਂਡ ਦੇ ਲਈ ਮੁੱਖ ਮੰਤਰੀ ਮਾਨ ਜ਼ਿੰਮੇਦਾਰ ਨੇ ਇੱਕ ਹੈ ਮਜੀਠੀਆ ਨੇ ਸਾਰੇ ਜਵਾਬ ਸਵਾਲ ਉਹਨਾਂ ਨੂੰ ਪਤਾ ਹੀ ਹੈ ਉਸ ਜਿਹੜੀ ਰਿਪੋਰਟ ਹੈ ਸਾਰੇ ਪੁਲਿਸ ਵਾਲਿਆਂ ਨੂੰ ਸਾਰੇ ਨੂੰ ਪਤਾ ਹੈ ਇਹਨਾਂ ਦਾ ਇੰਟਰਸਟ ਜਿਹੜੀ ਗਾਮਣ ਦਾ ਦੋਸ਼ੀ ਫੜਨਾ ਨਹੀਂ ਮੈਂ ਤੁਹਾਡੇ ਲਈ ਫਿਰ ਤੋਂ ਬੇਨਤੀ ਕਰਨਾ ਚਾਹਣਾ ਜਿਹੜੇ ਸੈਟ ਦੇ ਮੈਂਬਰਾਂ ਨੂੰ ਵੀ ਤੇ ਸਾਰੇ ਪੰਜਾਬੀਆਂ ਦੀ ਭਾਵਨਾ ਤੁਹਾਡੇ ਲਈ ਦੱਸਣਾ ਚਾਹਣਾ ਹੈ ਪੰਜਾਬੀ ਦੋਸ਼ੀਆਂ ਨੂੰ ਫੜਨਾ ਚਾਹੁੰਦੇ ਆ ਸਿਆਸਤ ਨਹੀਂ ਕਰੋਣਾ ਚਾਹੁੰਦੇ 14 ਤਰੀਕ ਨੂੰ ਦੁਬਾਰਾ ਫੇਰ ਇੱਕ ਵਾਰੀ ਅਸੀਂ ਬੁਲਾਏ ਜਦੋਂ ਮਰਜੀ ਬੁਲਾਉਣ ਜਿੱਥੇ ਮਰਜੀ ਬੁਲਾਉਣ ਅਸੀਂ ਤਿਆਰ ਹਾਂ ਐਸਵਾਈਐਲ ਦੇ ਨਾਲ ਜੁੜੀ ਮੰਗਲਵਾਰ ਨੂੰ ਵੱਡੀ ਖਬਰ ਆਈ ਇਸ ਨਹਿਰ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਸਹਿਯੋਗ ਨਹੀਂ ਦੇ ਰਹੀ ਇੱਕ ਵੱਡਾ ਇਲਜ਼ਾਮ ਲਾਇਆ ਹੈ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ اٹਾਰਨੀ ਜਰਨਲ ਕੇ ਕੇ ਵੇणू ਗੋਪਾਲ ਨੇ ਵੈਣਗੋਪਾਲ ਨੇ ਸੁਪਰੀਮ ਕੋਰਟ ਦੀ ਬੈਂਚ ਨੂੰ ਦੱਸਿਆ ਕਿ ਯੂਨੀਅਨ ਆਫ ਇੰਡੀਆ ਨੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਚਿੱਠੀਆਂ ਲਿਖੀਆਂ ਕੋਈ ਜਵਾਬ ਨਹੀਂ ਮਿਲਿਆ ਤੇ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਵੀ ਅਪ੍ਰੈਲ ਮਹੀਨੇ ਚਿੱਠੀ ਲਿਖੀ ਗਈ ਜਵਾਬ ਮੰਗਿਆ ਗਿਆ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਹੁਕਮ ਕੀਤਾ ਹੈ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ ਦੇ ਨਾਲ ਇਸ ਮੁੱਦੇ ਤੇ ਮੀਟਿੰਗ ਕੀਤੀ ਜਾਵੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਹੁਕਮ ਦੇ ਦਿੱਤੇ ਨੇ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਕਾਲ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ 2023 ਨੂੰ ਹੋਵੇਗੀ ਦਰਅਸਲ ਸੁਪਰੀਮ ਕੋਰਟ ਸੂਬਿਆਂ ਦੇ ਵਿਚਾਲੇ ਪਾਣੀ ਦੀ ਵੰਡ ਵਿਵਾਦ ਮੁੱਖ ਤੌਰ ਤੇ ਐਸਵਾਈਐਲ ਪੰਜਾਬ ਹਰਿਆਣਾ ਤੇ ਰਾਜਸਥਾਨ ਆਂਧਰਾ ਤੇਲੰਗਾਨਾ ਛਤੀਸਗੜ ਓਡੀਸ਼ਾ ਦੇ ਵਿਚਾਲੇ ਗੋਦਾਵਰੀ ਪੋਲਾਵਰਮ ਬੈਰਾਜ ਪ੍ਰੋਜੈਕਟ ਦੇ ਕੇਸਾਂ ਦੀ ਸੁਣਵਾਈ ਕਰ ਰਹੀ ਸੀ ਇਸੇ ਦਰਮਿਆਨ ਹੀ ਇਹ ਜਿਹੜਾ ਹੁਕਮ ਸੁਣਾਇਆ ਗਿਆ ਹੈ ਔਰ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਲੱਗਿਆ ਕਿ ਪੰਜਾਬ ਸਰਕਾਰ ਸੈਂਟਰ ਦਾ ਸਹਿਯੋਗ ਨਹੀਂ ਕਰ ਰਹੀ ਐਸਵਾਈਐਲ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਤੀਕਰਮ ਦਿੱਤਾ ਹੈ ਸ਼੍ਰੋਮਣੀ ਕਾਲੀਦਾਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਐਸਆਈਐਲ ਦੇ ਸਬੰਧ ਵਿੱਚ ਪੰਜਾਬ ਦਾ ਕੇਸ ਸੁਪਰੀਮ ਕੋਰਟ ਵਿੱਚ ਕਮਜ਼ੋਰ ਕਰਨ ਦਾ ਇਲਜ਼ਾਮ ਲਾਇਆ ਜੀਮਾ ਨੇ ਕਿਹਾ ਕਿ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਡਰਦੇ ਹੋਏ ਇਹ ਕੀਤਾ ਹੈ ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਮੁੱਦੇ ਤੇ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਦਾ ਸਟੈਂਡ ਕੀ ਹੈ ਸ਼੍ਰੋਮਣੀ ਕਾਲੀਦਾਲ ਦਾ ਸਟੈਂਡ ਦੁਹਰਾਉਂਦਿਆਂ ਚੀਮਾ ਨੇ ਕਿਹਾ ਕਿ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਨਾ ਤਾਂ ਪੰਜਾਬ ਕੋਲ ਫालतू ਪਾਣੀ ਹੈ ਨਾ ਹੀ ਨਹਿਰ ਬਣਾਉਣ ਦੇ ਲਈ ਕੋਈ ਫालतू ਜ਼ਮੀਨ ਹੈ ਇਸ ਕਿ ਪੰਜਾਬ ਸਰਕਾਰ ਨੂੰ ਹੁਣ ਤਾਂ ਪੰਜਾਬ ਦੇ ਹਿੱਤਾਂ ਵਿੱਚ ਬੋਲਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਨੇ ਤੇ ਉਹ ਕੋਈ ਬਿਆਨ ਨਹੀਂ ਦੇ ਰਹੇ ਭਗਵੰਤ ਮਾਨ केजरीवाल ਸਾਹਿਬ ਤੋਂ ਡਰਦੇ ਹੋਏ ਪੰਜਾਬ ਦਾ ਕੇਸ ਜਿਹੜਾ ਸਾਡਾ ਉਹ ਕਮਜ਼ੋਰ ਕਰ ਭਗਵੰਤ ਮਾਨ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਸਟੈਂਡ ਬਿਲਕੁਲ ਸਪਸ਼ਟ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਾ ਸਾਡੇ ਕੋਲੇ ਪਾਣੀ ਹੈ ਨਾ ਸਾਡੇ ਕੋਲ ਨਹਿਰ ਬਣਾਉਣ ਵਾਸਤੇ ਜ਼ਮੀਨ ਹੈ ਜ਼ਮੀਨ ਵੀ ਮਾਲਕਾਂ ਦੇ ਨਾਮ ਦੇ ਉੱਤੇ ਟਰਾਂਸਫਰ ਕਰ ਦਿੱਤੀ ਸੀ ਇਸ ਕਰਕੇ ਠੋਕ ਵਜਾ ਕੇ ਇਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਪਰ ਕਿਉਂਕਿ ਉਧਰ ਦਿੱਲੀ ਦਾ ਵੀ ਹਿੱਤ ਹੈ ਉਧਰ ਹਰਿਆਣੇ ਦਾ ਵੀ ਹਿੱਤ ਹੈ ਇਸ ਕਰਕੇ ਭਗਵੰਤ ਮਾਨ ਜੀ ਡਰਦੇ ਜਿਵੇਂ ਚੰਡੀਗੜ੍ਹ ਵਾਲੇ ਮਾਮਲੇ 'ਚ ਨਹੀਂ ਬੋਲੇ ਇੱਥੇ ਵੀ ਚੁੱਪ ਜਿਹੜਾ ਕੰਮ ਗਏ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਉਹਨਾਂ ਨੂੰ ਜਾਗਣਾ ਚਾਹੀਦਾ ਦਲੇਰੀ ਨਾਲ ਪੰਜਾਬ ਨਾਲ ਖੜਨਾ ਚਾਹੀਦਾ ਪੰਜਾਬ ਦੀ ਜਨਤਾ ਦੇਖ ਰਹੀ ਹੈ ਕਿ ਇਸ ਵੇਲੇ ਸੋਇਲ ਦੇ ਮਾਮਲੇ ਦੇ ਵਿੱਚ ਕੀ ਸਟੈਂਡ ਹੈ ਤੀ ਖਬਰਾਂ ਪੜੇ ਜਾਣ ਤੱਕ ਐਸਓਐਲ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਮੌਜੂਦਾ ਪੰਜਾਬ ਸਰਕਾਰ ਜਾਂ ਫਿਰ ਕਾਂਗਰਸ ਦੇ ਵੱਲੋਂ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ ਲੁਧਿਆਣਾ ਅਦਾਲਤ ਦੇ ਵਿੱਚ ਹੋਏ ਬੰਬ ਧਮਾਕੇ ਦੇ ਨਾਲ ਜੁੜੀ ਹੋਈ ਖਬਰ ਹੈ ਇਸ ਧਮਾਕੇ ਦੀ ਜਾਂਚ ਕਰ ਰਹੀ ਐਨਆਈਏ ਨੇ ਕਿਹਾ ਹੈ ਕਿ ਇਹ ਇੱਕ ਕੌਮਾਂਤਰੀ ਸਾਜ਼ਿਸ਼ ਸੀ ਏਜੰਸੀ ਨੇ ਪਿੰਡ ਮੰਡੀਕਲਾਂ ਦੇ ਹਰਪੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਮੁੱਖ ਮੋਲਜ਼ਮ ਦੇ ਵਜੋਂ ਨਾਮ ਸਦ ਕੀਤਾ ਹੈ ਇਸ ਦੇ ਨਾਲ ਹੀ ਉਸ ਦੇ ਸਿਰ ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਵੀ ਐਲਾਨ ਕੀਤਾ ਹੈ ਲੰਘੇ ਸਾਲ ਦਸੰਬਰ 2021 ਦੇ ਵਿੱਚ ਲੁਧਿਆਣਾ ਕੋਰਟ ਦੇ ਵਿੱਚ ਇਸ ਇਹ ਧ ਸਿੱਤੇ ਇਸ ਸਾਲ ਮਈ ਮਹੀਨੇ ਦੇ ਵਿੱਚ ਐਨਆਈਏ ਤੇ ਲੁਧਿਆਣਾ ਪੁਲਿਸ ਨੇ ਵੱਖ-ਵੱਖ ਆਪਰੇਸ਼ਨਾਂ ਦੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਕਿੰਨਾ ਬਾਲਗ ਵੀ ਸ਼ਾਮਿਲ ਹੈ ਜੋ ਇੰਟਰਨੈਟ ਕਾਲਸ ਦੇ ਵਿੱਚ ਮਾਹਿਰ ਹੈ ਮੁੱਖ ਮੁਲਜ਼ਮ ਪਹਿਲਾਂ ਜਰਮਨੀ ਸਥਿਤ ਖਾਲਿਸਤਾਨੀ ਜਸਵਿੰਦਰ ਸਿੰਘ ਮਲਤਾਨੀ ਸੀ ਤੇ ਪੁਲਿਸ ਨੇ ਦਾਵਾ ਕੀਤਾ ਸੀ ਕਿ ਤਮਾਕਾ ਖੇਸ ਸਮਗਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਗਈ ਸੀ ਹੈਪੀ ਮਲੇਸ਼ੀਆ ਦਾ ਨਾਮ ਪਹਿਲੀ ਵਾਰ ਇਸ ਕੇਸ ਦੇ ਵਿੱਚ ਆਇਆ ਹੈ ਤੇ ਹੁਣ ਹੈਪੀ ਮਲੇਸ਼ੀਆ ਨੂੰ ਇਸ ਜਿਹੜਾ ਬੰਬ ਕਾਂਡ ਸੀ ਉਸ ਦਾ ਮੁਲਜ਼ਮ ਲੰਦ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰੀ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਇਹਨਾਂ ਦੇ ਵਿੱਚ 164 ਉਮੀਦਵਾਰਾਂ ਦੇ ਵਿੱਚੋਂ ਵਾਟਰ ਸਪਲਾਈ ਦੇ 57 ਜੂਨੀਅਰ ਨਕਸ਼ਾ ਨਵੀਸ ਚਾਰ ਕਲਰਕ ਨੇ ਇੱਕ ਜੂਨੀਅਰ ਟੈਕਨੀਸ਼ੀਅਨ 14 ਹੈਲਪਰ ਟੈਕਨੀਸ਼ੀਅਨ ਸੇਤ ਵਿਭਾਗ ਦੀਆਂ 57 ਨਰਸਾਂ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਦੇ 29 ਸਟਾਫ ਨਰਸਾਂ ਤੇ 6 ਪੈਰਾਮੈਡੀਕਲ ਸਟਾਫ ਦੇ ਮੈਂਬਰ ਸ਼ਾਮਲ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਨੇ ਨਿਯੁਕਤੀਆਂ ਵੰਡਣ ਤੋਂ ਬਾਅਦ ਮੁੱਖ ਮંત્રી ਭਗਵੰਤ ਮਾਨ ਨੇ ਦਾਵਾ ਕੀਤਾ ਕਿ ਅਸੀਂ ਅਧਿਆਪਕਾਂ ਨੂੰ ਪੱਕੇ ਕੀਤਾ ਜਿਨ੍ਹਾਂ ਅਧਿਆਪਕਾਂ ਦੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਪੱਗਾਂ ਲੈ ਜਾਂਦੀਆਂ ਸੀ ਡੰਡੇ ਪੈਂਦੇ ਸੀ ਤੇ ਚੁੰਨੀਆਂ ਲਾ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਅਸੀਂ ਪੱਕੇ ਕੀਤਾ ਹੈ ਕੱਲ ਗਿਆ ਮੈਂ ਟੀਚਰ ਡੇ ਸੀ ਕੱਲ 8736 ਟੀਚਰ ਜਿਹੜੇ ਨੇ ਉਹ ਪੱਕੇ ਕੀਤੇ ਆ ਉਹੀ ਨੇ ਉਹ ਜਿਹੜੇ ਬੜੀ ਧੀਰ ਤੋਂ ਹੜਤਾਲਾਂ ਕਰਦੇ ਸੀ ਟੈਂਕੀਆਂ ਤੇ ਚੜਦੇ ਸੀ ਪੱਗਾਂ ਟੈਂਦੀਆਂ ਸੀ ਚੁੰਨੀਆਂ ਲੈਂਦੀਆਂ ਸੀ ਉਹੀ ਨੇ ਹੋਰ ਵੀ ਉਹਨਾਂ ਚ ਹੋਰ ਵੀ ਨੇ ਜੇ ਉਹਨਾਂ ਦਾ ਵੀ ਪ੍ਰੋਸੈਸ ਚੱਲ ਰਿਹਾ ਤੇ ਬਾਕੀ ਹੋਰ ਮਹਿਕਮਿਆਂ ਦੇ ਵਿੱਚ ਵੀ ਪ੍ਰੋਸੈਸ ਚੱਲ ਰਿਹਾ ਅੱਜ ਵਾਟਰ ਐਂਡ ਸੈਨੀਟੇਸ਼ਨ ਦੇ ਵਿੱਚ ਮੈਡੀਕਲ ਸਾਇੰਸ ਦੇ ਵਿੱਚ ਤੇ ਹੈਲਥ ਦੇ ਵਿੱਚ 164 ਨਵੀਆਂ ਨਿਯੁਕਤੀਆਂ ਹੋਈਆਂ ਨੇ ਔਰ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਜਾਓਗੇ ਅੱਜ ਤੋਂ ਬਾਅਦ ਤੁਸੀਂ ਆਪਣੇ ਪਿੰਡ ਦੇ ਤਾਂ ਹੈਗੇ ਹੀ ਹੋ ਆਪਣੇ ਜ਼ਿਲ੍ਹੇ ਦੇ ਵੀ ਹੈਗੇ ਹੋ ਪੰਜਾਬ ਦੇ ਵੀ ਹੈਗੇ ਹੋ ਪਰ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਲੱਗੇ ਹੋ ਤੁਸੀਂ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਦਾ ਐਲਾਨ ਕਰ ਦਿੱਤਾ ਹੈ ਇਸ ਸਾਲ ਝੋਨੇ ਦੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਏਗਾ ਝੋਨੇ ਦੀ ਖਰੀਦ ਨਵੀਂ ਪਾਲਿਸੀ ਅਧੀਨ ਹੋਵੇਗੀ ਇਸ ਵਾਰੀ ਸਾਰੀ ਖਰੀਦ ਆਨਲਾਈਨ ਤਰੀਕੇ ਨਾਲ ਕੀਤੀ ਜਾਵੇਗੀ ਤੇ ਅਫਸਰਾਂ ਤੇ ਨਿਗਾ ਵੀ ਰੱਖੀ ਜਾਵੇਗੀ ਜੇਕਰ ਜ਼ਿਆਦਾ ਝੋਨਾ ਮਿਲ ਵਿੱਚ ਹੋਵੇਗਾ ਤਾਂ ਪੁੱਛਕਿਛ ਹੋਵੇਗੀ ਖਾਲਸ ਟੀਵੀ ਦੀ ਇੱਕ ਖਬਰ ਦਾ ਅਸਰ ਹੋਇਆ ਹੈ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵਾਸਤੇ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀਤੇ ਐਲਾਨ ਤੋਂ ਬਾਅਦ ਅਸੀਂ ਭਗ ਫੇਰ ਵੇਚ ਗਿਆ ਕੁਲਫੀ ਗਰਮਾ ਗਰਮ ਇਸ ਦੇ ਨਾਲ ਹੀ ਇਹ ਇੱਕ ਤਬਸਰਾ ਕੀਤਾ ਸੀ ਇਸ ਖਾਸ ਲੇਖ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਐਲਾਨ ਦੀ ਜਿੱਥੇ ਸ਼ਲਾਘਾ ਕੀਤੀ ਗਈ ਸੀ ਉੱਥੇ ਨਾਲ ਹੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜਿਹੜੇ UGC ਗ੍ਰੇਡ ਡੈਂਡਾ ਭਰੋਸਾ ਦਿੱਤਾ ਗਿਆ ਉਸ ਨੂੰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲਾਂ ਹੀ ਡੀ ਲਿੰਕ ਕਰ ਚੁੱਕੀ ਹੈ ਤੇ ਔਸ ਵਿਸ਼ੇਸ਼ ਲੇਖ ਵਿੱਚ ਮੁੱਖ ਮੰਤਰੀ ਮਾਨ ਨੂੰ ਡੀਲਿੰਗ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦਾ ਸੁਝਾਅ ਦਿੱਤਾ ਗਿਆ ਸੀ ਤੇ ਹੁਣ ਚੰਡੀਗੜ੍ਹ ਐਡਿਟ ਕਾਲਜਿਸ ਟੀਚਰਸ ਐਸੋਸੀਏਸ਼ਨ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਡੀਲਿੰਗ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਹੈ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾਕਟਰ ਸੰਦੀਪ ਕੌਰ ਨੇ ਕਿਹਾ ਕਿ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ 1 ਜਨਵਰੀ 2016 ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਡੀਵੀ ਕਾਲਜ ਟੀਚਰਸ ਯੂਨੀਅਨ ਦੇ ਪ੍ਰਧਾਨ ਡਾਕਟਰ ਸੁਮੇਤ ਗੋਕਲ ਨੇ ਵੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ ਕਰਦੇ 16 ਤੋਂ ਲਾਗੂ ਕਰਨ ਦੀ ਮੰਗ ਕੀਤੀ ਹੈ। بجلی ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਪੰਜਾਬ ਦੇ ਵਿੱਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਨੇ। ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦੱਸਿਆ ਕਿ ਇਹਨਾਂ ਕੇਂਦਰਾਂ ਦਾ ਟੋਲ ਫਰੀ ਨੰਬਰ 1912 ਹੋਵੇਗਾ। 1912 ਹੋਵੇਗਾ। ਮੰਤਰੀ ਨੇ ਦੱਸਿਆ ਕਿ ਸੂਬੇ ਭਰ ਦੇ ਲਗਭਗ 99 ਲੱਖ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ 9000 ਤੋਂ ਵੱਧ ਕਰਮਚਾਰੀ ਅਧਿਕਾਰੀ ਲਾਏ ਗਏ ਨੇ ਜਿਹੜੇ 500 ਸਬਡਿਵੀਜ਼ਨ ਦਫ਼ਤਰਾਂ ਦੇ ਵਿੱਚ ਵੰਡੇ ਗਏ ਖਪਤਕਾਰਾਂ ਦੀ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਨੂੰ ਬੰਦੇ ਲਈ 24 24 ਘੰਟੇ ਦੀਆਂ ਸ਼ਿਫਟਾਂ ਵਿੱਚ ਕੰਮ ਕਰਦੇ ਨੇ ਬਿਜਲੀ ਸੰਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਹੁਣ ਜੇ ਦੇਣੀ ਹੈ ਜੇ ਤੁਸੀਂ ਪੰਜਾਬ ਚ ਰਹਿੰਦੇ ਹੋ ਤਾਂ ਤੁਹਾਡੇ ਲਈ ਟੋਲ ਫਰੀ ਨੰਬਰ 1912 ਹੈ ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ 1912 ਨੰਬਰ ਤੇ ਨੋ ਸਪਲਾਈ ਮੈਸੇਜ ਲਿਖ ਕੇ ਭੇਜ ਸਕਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਿਜਲੀ ਦੀ ਕੀ ਸਮੱਸਿਆ ਹੈ ਦਰਅਸਲ ਪੰਜਾਬ ਦੇ ਵਿੱਚ ਕਈ ਵਾਰੀ ਬਿਨਾਂ ਦੱਸੇ ਕੱਟ ਲਾ ਦਿੱਤੇ ਜਾਂਦੇ ਨੇ ਬਿਜਲੀ ਖਰਾਬ ਹੋ ਜਾਂਦੀ ਐ ਮੀਂਹ ਚੱਖੜ ਹਨੇਰੀ ਆਉਣ ਤੇ ਪਿੰਡਾਂ ਦੇ ਲੋਕ ਖਾਸ ਕਰਕੇ ਡੀਕਦੇ ਰਹਿੰਦੇ ਨੇ ਕਦੋਂ ਬਿਜਲੀ ਆਊ ਕਦੋਂ ਠੀਕ ਹੋਊ ਪਰ ਤੁਹਾਡੇ ਸਾਰਿਆਂ ਕੋਲ ਸ਼ਿਕਾਇਤ ਕਰਨ ਦਾ ਨੰਬਰ ਹੈ 1912 ਨੰਬਰ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਬਿਜਲੀ ਕਦੋਂ ਆਊਗੀ ਕਦੋਂ ਠੀਕ ਹੋਊਗੀ ਕਿੰਨੇ ਟਾਈਮ ਦਾ ਕੱਟ ਲੱਗਿਆ ਇਹ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਪੰਜਾਬ ਦੇ ਵਿੱਚ ਕਹਿੰਦੇ ਤਣਾੜ ਵੀ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਨੇ ਦਰਅਸਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਇਹ ਵੀਡੀਓ ਹੁਸ਼ਿਆਰਪੁਰ ਦੇ ਨਲੋਈਆਂ ਚੌਂਕ ਦਾ ਵੀਡੀਓ ਦੇ ਵਿੱਚ ਆਟਾ ਦਾਲ ਸਕੀਮ ਚ ਫ੍ਰੀ ਮਿਲਣ ਵਾਲੀ ਕਣਕ ਲੈਣ ਦੇ ਲਈ ਇੱਕ ਸ਼ਖਸ ਮਰਸੀਡੀਜ਼ ਤੇ ਚੜ ਕੇ ਆਇਆ ਇਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਇੱਕ ਬੰਦੇ ਨੇ ਇਹਦਾ ਵੀਡੀਓ ਬਣਾ ਲਿਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਵਿਅਕਤੀ ਮਰਸੀਡੀਜ਼ ਗੱਡੀ 'ਚ ਇੱਕ ਤੋਂ ਬਾਅਦ ਇੱਕ ਚਾਰ ਬੋਰੇ ਕਣਕ ਦੇ ਰੱਖਦਾ ਹੈ ਤੇ ਚਲਾ ਜਾਂਦਾ ਹੈ ਮਰਸੀਡੀਜ਼ ਦਾ ਨੰਬਰ ਵੀ ਵੀਪੀ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਇਹ ਜਿਹੜੀ ਸਹੂਲਤ ਹੈ ਉਹ ਲੋੜਵੰਦ ਲੋਕਾਂ ਦੇ ਲਈ ਦਿੱਤੀ ਜਾਂਦੀ ਹੈ ਪਰ ਕੁਝ ਕਹਿੰਦੇ ਅਮੀਰ ਲੋਕ ਵੀ ਕਾਰਡ ਬਣਾ ਕੇ ਮਰਸਡੀਜ਼ ਦੇ ਵਿੱਚ ਆਟਾ ਦਾਲ ਸਕੀਮ ਤਹਿਤ ਆਟਾ ਦਾਲ ਲੈਣ ਆਉਂਦੇ ਨੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਸ਼ਖਸ ਹੈ ਰਮੇਸ਼ ਸੈਣੀ ਉਸਨੇ ਕਿਹਾ ਕਿ ਕਾਰ ਸਾਡੇ ਨਾਮ ਤੇ ਨਹੀਂ ਹੈ ਕਾਰ ਸਾਡੇ ਰਿਸ਼ਤੇਦਾਰ ਦੀ ਹੈ ਉਹ ਵਿਦੇਸ਼ ਰਹਿੰਦੇ ਨੇ ਤੇ ਉਹਨਾਂ ਨੇ ਸਾਨੂੰ ਇਹ ਕਾਰ ਸਾਮ ਸੰਭਾਲ ਦੇ ਲਈ ਦਿੱਤੀ ਹੋਈ ਹੈ ਕਹਿੰਦੇ ਮੈਂ ਗੱਡੀ 'ਚ ਹਵਾ ਪਰਵਾਉਣ ਲਈ ਗਿਆ ਸੀ ਰਾਹ ਵਿੱਚ ਉਹਦੇ ਪੁੱਤਰ ਨੇ ਰੋਕ ਕੇ ਕਣਕ ਦੀਆਂ ਥੈਲੀਆਂ ਰੱਖ ਦਿੱਤੀਆਂ ਇਹਦੇ ਵਿੱਚ ਕੋਈ ਕਹਿੰਦੇ ਵੱਡੀ ਗੱਲ ਨਹੀਂ ਹੈ ਰਮੇਸ਼ ਸੈਣੀ ਦੀ ਉਮਰ 64 ਸਾਲ ਦੀ ਹੈ ਲੜਕਾ ਵੀਡੀਓਗ੍ਰਾਫੀ ਦੀ ਦੁਕਾਨ ਚਲਾਉਂਦਾ ਹੈ ਪੋਤੀਆਂ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ ਰਮੇਸ਼ ਸੈਣੀ ਨੇ ਕਿਹਾ ਕਿ ਸਾਡੀ ਇੰਨੀ ਪਹੁੰਚ ਨਹੀਂ ਹੈ ਕਿ ਅਸੀਂ ਆਪਣੀਆਂ ਪੋਤੀਆਂ ਨੂੰ ਜਿਹੜਾ ਵਧੀਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾ ਸਕੀਏ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਖਤ ਨਿਰਦੇਸ਼ ਦਿੱਤੇ ਨੇ ਜਾਂਚ ਕੀਤੀ ਜਾਵੇ ਮਹਿੰਮ ਦੇ ਤਹਿਤ ਇਸ ਸਕੀਮ ਦੇ ਤਹਿਤ ਜਿਹੜੇ ਲੋਕਾਂ ਨੂੰ ਆਟਾ ਦਾਲ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਸ ਦੀ ਜਾਂਚ ਕੀਤੀ ਜਾਵੇ ਖਾਸ ਕਰਕੇ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਮੰਤਰੀ ਨੇ ਕਿਹਾ ਕਿ ਨਕਲੀ ਰਾਸ਼ਨ ਕਾਰਡਾਂ ਤੇ ਕਾਰਵਾਈ ਕੀਤੀ ਜਾਊਗੀ ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਊਗਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਮਰਸੀਡੀਜ਼ ਦੇ ਉੱਤੇ ਇੱਕ ਵਿਅਕਤੀ ਜਿਹੜਾ ਆ ਉਹ ਦੋ ਬੋਰੀਆਂ ਰੱਦ ਲਿਆ ਆਪਣੇ ਨੀਲੇ ਕਾਰਡ ਰਾਸ਼ਨ ਕਾਰਡ ਦੀਆਂ ਜਿਹੜਾ ਆ ਸੋ ਮਤਲਬ ਇਸ ਤਰ੍ਹਾਂ ਦੇ ਹੋਰ ਵੀ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਜਿਹੜੇ ਆ ਉਹ ਸਾਡੇ ਮਤਲਬ ਨੋਟਿਸ ਚ ਆਏ ਆ ਜਿਹੜੇ ਮਤਲਬ ਨੀਲੇ ਕਾਰਡ ਰਾਸ਼ਨ ਕਾਰਡ ਚੋਰੀ ਬਣੇ ਆ ਸੋ ਅਸੀਂ ਫੈਸਲਾ ਕੀਤਾ ਮਾਨਯੋਗ ਮੁੱਖ ਮੰਤਰੀ ਦੀਗਵਾਈ ਦੇ ਵਿੱਚ ਕਿ ਪੰਜਾਬ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਭਾਰਤੀ ਕ੍ਰਿਕਟ ਟੀਮ ਦੇ ਹੌਣਹਾਰ ਗੇਂਦਬਾਜ਼ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਟਰੋਲ ਕੀਤਾ ਗਿਆ ਉਸ ਤੋਂ ਬਾਅਦ ਪੂਰਾ ਭਾਰਤ ਉਸ ਦੇ ਹੱਕ ਵਿੱਚ ਆ ਕੇ ਵੀ ਖੜਾ ਹੋਇਆ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੇ ਵੱਲੋਂ ਟਰੋਲ ਕੀਤੇ ਜਾਣ ਨੂੰ ਮੰਨਪਾਗਾ ਦੱਸਿਆ ਹੈ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਨਾਲ ਹੀ ਅਰਸ਼ਦੀਪ ਦੀ ਸ਼ਲਾਘਾ ਵੀ ਕੀਤੀ ਹੈ ਅਰਸ਼ਦੀਪ ਦੀ ਹੌਸਲਾ ਅਫਜ਼ਾਈ ਕੀਤੀ ਹੈ ਅਤੇ ਇੱਕ ਜਿਹੜਾ ਹੈਗਾ ਕੀਸ ਵੀ ਦਿੱਤੀ ਹੈ ਕਿ ਅਰਸ਼ਦੀਪ ਦਾ ਨਾਮ ਆਉਂਦੇ ਭਵਿੱਖ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚਮਕੇਗਾ ਮੈਨੂੰ ਸਮਝਦਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਪਰ ਸਰਕਾਰ ਨੂੰ ਅਜੇ ਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਸ ਕੰਝਾ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫਲਾਰਾਏ ਨੇ ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਸਰਕਾਰ ਨੂੰ ਨੱਥ ਪਾਵੇ ਕਿਉਂਕਿ ਇਹੋ ਜੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ ਦੂਸਰਾ ਮੈਂ ਕਾਕਾ ਅਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮੰਨ ਲਾ ਕੇ ਖੇਡੋ ਪੂਰੀ ਤਾਂ ਦੇਹੀ ਦੇ ਨਾਲ ਖੇਡੋ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ ਕੌਮ ਤੁਹਾਡੇ ਨਾਲ ਹੈ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ ਹਿੰਮਤ ਸਿੱਖ ਕਦੇ ਨਹੀਂ ਹਾਰਦਾ ਹੌਸਲਾ ਸਿੱਖ ਕਦੇ ਨਹੀਂ ਛੱਡਦਾ ਨਾ ਹਿੰਮਤ ਹਾਰਨੀ ਹੈ ਨਾ ਹੌਸਲਾ ਛੱਡਣਾ ਹੈ ਪੂਰੀ ਤੰਦ ਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇੱਕ ਰਿਪੋਰਟ ਸਾਂਝੀ ਕਰਦੇ ਹੋਏ ਪੰਜਾਬ ਸਰਕਾਰ ਤੇ ਫੇਰ ਨਿਸ਼ਾਨਾ ਕੱਸਿਆ ਹੈ ਦਾਵਾ ਕੀਤਾ ਕਿ ਪੰਜਾਬ ਸਰਕਾਰ ਦਾ ਮਾਈਨਿੰਗ ਮਾਫੀਆ ਦਾ ਖਾਤਮਾ ਕਰਨ ਦਾ ਦਾਵਾ ਝੂਠਾ ਹੈ ਕਹਿੰਦੇ ਰਿਪੋਰਟ ਦੇ ਵਿੱਚ ਸਾਫ ਹੋ ਗਿਆ ਕਿ ਰੇਤੇ ਬਜਰੀ ਦੀਆਂ ਕੀਮਤਾਂ ਅਸਮਾਨ ਛੂਣ ਤੋਂ ਇਲਾਵਾ ਵੱਡੇ ਪੱਧਰ ਤੇ ਸੂਬੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵੀ ਹੋ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦੇ ਮਾਈਨਿੰਗ ਤੋਂ 20000 ਕਰੋੜ ਪੈਦਾ ਕਰਨ ਦਾ ਦਾਵਾ ਵੀ ਝੂਠਾ ਹੈ ਲਖੀਮਪੁਰ ਖੀਰੀ ਹਿੰਸਾ ਨਾਲ ਸੰਬੰਧਿਤ ਖਬਰ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਨਾਲ ਸੰਬੰਧਿਤ ਮੁੱਖ ਮਲਜ਼ਮ ਅਸ਼ੀਸ਼ ਮਿਸ਼ਰਾ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਯੂਪੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 26 ਜੁਲਾਈ ਨੂੰ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਤੇ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਐਮ ਐਮ ਸੁਨਦਰੇਸ਼ ਦਾ ਬੈਂਚ ਸੁਣਵਾਈ ਕਰ ਰਿਹਾ ਸੀ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਯੂਪੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਤੈਅ ਕਰ ਦਿੱਤੀ ਹੈ ਜਾਨੀ ਕਿ ਸੁਪਰੀਮ ਕੋਰਟ ਨੇ ਇਸ ਮੁੱਖ ਮੁਲਜ਼ਮ ਦੀ ਆਰਜੀ ਹੈ ਜਿਹੜੀ ਜ਼ਮਾਨਤ ਲਈ ਉਹ ਖਾਰਜ ਨੇ ਕੀਤੀ ਬਲਕਿ ਯੂਪੀ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ ਇਸ ਸੰਭਾਵਨਾ ਇਹ ਵੀ ਜਿਤਾਈ ਜਾ ਸਕਦੀ ਹੈ ਕਿ ਇਸ ਨੂੰ ਇਸ ਨੂੰ ਜ਼ਮਾਨਤ ਮਿਲ ਵੀ ਸਕਦੀ ਹੈ ਹਾਲਾਂਕਿ ਹਾਈ ਕੋਰਟ ਨੇ ਰੱਦ ਕਰ ਦਿੱਤੀ ਡਰੱਗਜ਼ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੈਕ ਦੀ ਨੇਜ਼ਲ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਹਰੀ ਦੇ ਦੇ ਦਿਤੀ ਹੈ ਭਾਰਤੀ ਬਾਇਓਟੈਕ ਦੀ ਇੰਟਰਾ ਨੇਜ਼ਲ ਨੱਕ ਰਾਹੀਂ ਜਿਹੜੀ ਦਿੱਤੀ ਜਾਣ ਵਾਲੀ ਦਵਾਈ ਹੁੰਦੀ ਹੈ ਉਸ ਨੂੰ ਨੇਜ਼ਲ ਕਿਹਾ ਗਿਆ ਹੈ ਇਸ ਵੈਕਸੀਨ ਨੂੰ ਭਾਰਤ ਦੇ ਡਰੱਗਸ ਕੰਟਰੋਲਰ ਜਨਰਲ ਯਾਨਕਿ ਡੀਜੀਸੀਆਈ ਨੇ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ ਕੇਂਦਰੀ ਸਿਹਤ ਮੰਤਰੀ ਮਨੁਸ਼ਖ ਮਾਂਡਵਿਆ ਨੇ ਕਿਹਾ ਹੈ ਕਿ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਇਹ ਮਨਜ਼ੂਰ ਕੀਤੀ ਗਈ ਹੈ ਬੁਲੇਟਿਨ ਦੇ ਵਿੱਚ ਹਾਦਸਿਆਂ ਘਟਨਾਵਾਂ ਤੇ ਵਾਰਦਾਤਾਂ ਦੇ ਨਾਲ ਜੁੜੀਆਂ ਕੁਝ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਖਬਰ ਹੈ ਜਿੱਥੇ ਮੰਗਲਵਾਰ ਤੜਕੇ ਚੰਡੀਗੜ੍ਹ ਰੋਡ ਤੇ ਤੇਜ਼ ਰਫਤਾਰ ਕਾਰ ਖੰਬੇ ਦੇ ਵਿੱਚ ਵੱਜਣ ਕਾਰਨ ਪੰਜ ਜਣਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਤਿੰਨ ਬੱਚੀਆਂ ਵੀ ਸ਼ਾਮਲ ਨੇ ਔਰਤ ਬਹੁਤ ਹੀ ਗੰਭੀਰ ਜ਼ਖਮੀ ਹੈ सीएमसी अस्पताल ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਰਾਜੇਸ਼ ਮਾਹੀ ਖੁਸ਼ੀ ਸੰਜਨਾ ਤੇ ਜੈਸਮਿਨ ਵਜੋਂ ਹੋਈ ਹੈ ਯਾਨੀ ਕਿ ਤਿੰਨ ਬੱਚਿਆਂ ਸਣੇ ਪਰਿਵਾਰ ਦੇ ਪੰਜੇ ਜੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਇਹ ਪਰਿਵਾਰ ਵਿਆਹ ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਆ ਰਿਹਾ ਸੀ ਤੇ ਚੰਡੀਗੜ੍ਹ ਰੋਡ ਤੇ ਫੋਰਟ ਹਸਪਤਾਲ ਦੇ ਨੇੜੇ ਪੌਣੇ 3 ਵਜੇ ਕਾਰ ਤੇਜ਼ ਰਫ਼ਤਾਰ ਡਿਵਾਈਡਰ ਦੇ ਨਾਲ ਟਕਰਾਨ ਤੋਂ ਬਾਅਦ ਬਿਜਲੀ ਦੇ ਖਾਂਬੇ ਵਿੱਚ ਜਾ ਵਜੇ ਬਠਿੰਡਾ ਤੋਂ ਖਬਰ ਹੈ ਜਿੱਥੇ ਪਰਸਰਾਮ ਨਗਰ ਦੇ ਵਿੱਚ ਪਤੀ ਪਤਨੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕਾਂ ਦੀ شناخت 59 ਸਾਲ ਦੇ ਭੂਸ਼ਣ ਕੁਮਾਰ ਅਤੇ 51 ਸਾਲ ਦੀ ਰਿੱਤੂ ਰਾਣੀ ਵਜੋਂ ਹੋਈ ਹੈ ਨਾਬਾਤ ਉਹ ਵੀ ਖੁਦਕੁਸ਼ੀ ਦੀ ਖਬਰ ਹੈ ਜਿੱਥੇ ਨਾਬਾਲਗ ਕੁੜੀ ਨੂੰ ਵਰਗਲਾ ਕੇ ਭਜਾਉਣ ਤੇ ਉਸਦੇ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸਦਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ 32 ਸਾਲ ਦਾ ਬੂਟਾ ਸਿੰਘ ਪੁਲਿਸ ਹਿਰਾਸਤ ਦੇ ਵਿੱਚ ਸੀ ਉੱਥੇ ਇਸ ਦੀ ਮੌਤ ਹੋਈ ਹੈ ਪੁਲਿਸ ਦੇ ਮੁਤਾਬਕ ਇਸ ਨੇ ਖੁਦਕੁਸ਼ੀ ਕੀਤੀ ਹੈ ਫਾਹਾ ਲੈ ਕੇ ਬੂਟਾ ਬੂਟੇ ਨੂੰ ਲੰਗੇ ਦਿਨੀ ਰੇਲਵੇ ਸਟੇਸ਼ਨ ਤੋਂ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਇੱਕ ਲੜਕੀ ਨੂੰ ਲੈ ਕੇ ਫਰਾਰ ਹੋ ਰਿਹਾ ਸੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਬੂਟੇ ਨੇ ਖੁਦਕੁਸ਼ੀ ਕਰ ਲਈ ਸਲਾਖਾਂ ਦੇ ਪਿੱਛੇ ਹੀ ਉਸਨੇ ਆਤਮ ਹੱਤਿਆ ਕੀਤੀ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਨੇ ਕਿਹਾ ਕਿ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਇਸ ਤਰ੍ਹਾਂ ਸ੍ਰੀ ਮੁਖਸਰ ਸਾਹਿਬ ਤੋਂ ਖਬਰ ਹੈ ਜਿੱਥੇ 15 ਦਿਨਾਂ ਦੇ ਵਿੱਚ ਵਿੱਚ ਇੱਕ ਹੋਰ ਏਐਸਆਈ ਦੀ ਆਪਣੇ ਅਸਲੇ ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਏਐਸਆਈ ਕੁਲਵਿੰਦਰ ਸਿੰਘ ਉਮਰ 53 ਸਾਲ ਦੀ ਸੀ ਜ਼ਿਲ੍ਹਾ ਕਚੈਰੀਆਂ ਦੇ ਬਖਸ਼ੀ ਖਾਨੇ ਦੇ ਵਿੱਚ ਆਪਣੀ ਸਰਵਿਸ ਕਾਰਬਾਈਨ ਦੇ ਵਿੱਚੋਂ ਗੋਲੀ ਚੱਲਣ ਕਾਰਨ ਮੌਕੇ ਤੇ ਹੀ ਖਤਮ ਹੋ ਗਿਆ ਜਦ ਕਿ 21 ਅਗਸਤ ਨੂੰ ਵੀ ਅਜਿਹੀ ਘਟਨਾ ਵਾਪਰੀ ਸੀ ਜਦੋਂ ਸਵੇਰੇ ਪੁਲਿਸ ਲਾਈਨ ਦੀ ਪਾਰਕਿੰਗ ਦੇ ਵਿੱਚ ਆਪਣੇ ਸਰਵਿਸ ਰਵਾਲਵਰ ਦੀ ਗੋਲੀ ਸਿਰ 'ਚ ਲੱਗਣ ਕਰਕੇ ਸਟੇਟ ਬਾਰਡੀ ਏਐਸਆਈ ਕਾਸਮ ਅਲੀ ਦੀ ਮੌਤ ਹੋ ਗਈ ਸੀ ਏਐਸਆਈ ਕੁਲਵਿੰਦਰ ਸਿੰਘ ਪੁਲਿਸ ਲਾਈਨ ਵਿੱਚੋਂ ਕਾਰਬਨ ਰਿਲੀਜ਼ ਕਰਵਾ ਕੇ ਆਪਣੀ ਡਿਊਟੀ ਤੇ ਜ਼ਿਲ੍ਹਾ ਜੇਲ੍ਹ ਦੇ ਵਿੱਚੋਂ ਕੈਦੀ ਲੈ ਕੇ ਜ਼ਿਲ੍ਹਾ ਕਚੈਰੀਆਂ ਦੇ ਬਖਸ਼ੀ ਖਾਨੇ ਵਿੱਚ ਪਹੁੰਚਿਆ ਸੀ ਉਸ ਦੀ ਕਾਰਬਨ ਦੇ ਵਿੱਚੋਂ ਗੋਲੀ ਉਸ ਦੀ ਗਰਦਨ ਦੇ ਨੇੜੇ ਲੱਗੀ ਤੇ ਮੌਕੇ ਤੇ ਹੀ ਮੌਤ ਹੋ ਗਈ ਗੋਲੀ ਲੱਗਣ ਦੀ ਘਟਨਾ ਬਖਸ਼ੀ ਖਾਨੇ ਦੀ ਨੁੱਕਰ ਦੇ ਵਿੱਚ ਵਾਪਰੀ BSF ਨੇ ਦਾਵਾ ਕੀਤਾ ਹੈ ਕਿ ਪਾਕਿਸਤਾਨ ਨੇ ਡੇਢ ਸਾਲ ਦੇ ਵਕਫੇ ਦੀ ਸ਼ਾਂਤੀ ਤੋਂ ਬਾਅਦ ਜੰਮੂ ਦੀ ਅਰਨੀਆਂ ਕਮਾਂਤਰੀ ਸਰਹੱਦ ਤੇ ਗੋਲੀਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ BSF ਜਵਾਨਾਂ ਤੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ ਹੈ ਹਾਲਾਂਕਿ ਕਿਸੇ ਵੀ ਨੁਕਸਾਨ ਤੋਂ ਵਿਚਾਰਿਆ ਹੈ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇ ਬਜ਼ੁਰਗ ਦਾਦੀ ਤੇ ਪੋਤੇ ਦੇ ਕੋਲੋਂ BSF ਨੇ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਹੈ ਡੇਰਾ ਬਾਬਾ ਨਾਨਕ ਦੇ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਕਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਕੋਲ ਪਾਕਿਸਤਾਨੀ ਕਰੰਸੀ ਹੈ ਦਾਦੀ ਪੋਤੇ ਕੋਲੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਰੰਸੀ ਜ਼ਬਤ ਕੀਤੀ ਤੇ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਬਜ਼ੁਰਗ ਮਹਿਲਾ ਦੀਨਾ ਨਗਰ ਦੀ ਰਹਿਣ ਵਾਲੀ ਹੈ ਮਾਤਾ ਨੇ ਦੱਸਿਆ ਕਿ ਉਸ ਦਾ ਭਰਾ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਉਸ ਨੇ ਹੀ ਇਹ ਪੈਸੇ ਦਿੱਤੇ ਸਨ ਤੇ ਮਾਤਾ ਦੂਜੀ ਵਾਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਕੈਨੇਡਾ ਦੇ ਸਕੈਚੂਵਨ ਸੂਬੇ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਸੀ ਜਿੱਥੇ 10 ਜਣਿਆਂ ਦਾ ਚਾਕੂ ਦੇ ਨਾਲ ਦੋ ਭਰਾਵਾਂ ਨੇ ਕਤਲ ਕਰ ਦਿੱਤਾ ਸੀ ਕੈਨੇਡੀਅਨ ਪੁਲਿਸ ਦੇ ਮੁਤਾਬਕ ਐਤਵਾਰ ਨੂੰ ਛੁਰੇਬਾਜ਼ੀ ਦੇ ਨਾਲ 10 ਜਣਿਆਂ ਦਾ ਕਤਲ ਕਰਨ ਵਾਲੇ ਦੋ ਸ਼ੱਕੀਆਂ ਦੇ ਵਿੱਚੋਂ ਇੱਕ ਮਰਿਆ ਹੋਇਆ ਮਿਲਿਆ ਅਤਵਾਨ ਨੂੰ ਦੋ ਸ਼ੱਕੀਆਂ ਨੇ ਸਸਕੇਚੁਆਨ ਸੂਬੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਫਿਰ ਫਰਾਰ ਹੋ ਗਏ ਸਨ ਪੁਲਿਸ ਅਫਸਰਾਂ ਦੇ ਮੁਤਾਬਿਕ ਇੱਕ ਜਾਣਾ ਮਰਿਆ ਹੋਇਆ ਮਿਲਿਆ 31 ਸਾਲਾ ਡੈਮਨ ਸੈਂਡਰਸਨ ਇਸ ਦੇ ਸਰੀਰ 'ਤੇ ਕਈ ਜ਼ਖਮ ਨੇ ਪਰ ਅਜਿਹਾ ਨਹੀਂ ਲੱਗਦਾ ਕਿ ਉਹਨੇ ਖੁਦਕੁਸ਼ੀ ਕੀਤੀ ਹੋਵੇ ਹੋ ਸਕਦਾ ਹੈ ਕਿ ਕਿਸ ਨੂੰ ਮਾਰਿਆ ਗਿਆ ਹੋਵੇ ਇਸ ਵਿਅਕਤੀ ਦੀ Laash ਜੇਮਸ ਸਮਿਥ ਕਰੀ ਨੇਸ਼ਨ ਇਲਾਕੇ ਦੇ ਵਿੱਚੋਂ ਮਿਲੀ ਹੈ ਜਿੱਥੇ ਬਹੁ ਗਿਣਤੀ ਹਮਲੇ ਦੇ ਪੀੜਤ ਸਨ ਇਹ ਮੂਲ ਨਿਵਾਸੀ ਪਾਈਚਾਰੇ ਦੇ ਨਾਲ ਸਬੰਧਤ ਹੈ ਪੁਲਿਸ ਦਾ ਕਹਿਣਾ ਹੈ ਕਿ ਸੈਂਡਰਸਨ ਦਾ ਦੂਸਰਾ ਪਰ ਹਾਲੇ ਵੀ ਆ ਰਹੇ ਤੇ ਉਹ ਲੋਕਾਂ ਦੇ ਲਈ ਖਤਰਾ ਬਣਿਆ ਹੋਇਆ ਹੈ ਹੋਰ ਲੋਕਾਂ ਤੇ ਉਹ ਹਮਲਾ ਕਰ ਸਕਦਾ ਹੈ ਪੁਲਿਸ ਨੇ ਬਿਆਨ ਵੀ ਜਾਰੀ ਕੀਤਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਮੁਲਜ਼ਮਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਅੱਗੇ ਆਵੇ ਪੁਲਿਸ ਨੂੰ ਦੱਸੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ ਜਿਹੜੇ ਇਲਾਕੇ ਦੇ ਵਿੱਚ ਵਾਰਦਾਤ ਵਾਪਰੀ ਹੈ ਉਸ ਸ਼ਹਿਰ ਦੇ ਵਿੱਚ ਸ਼ਾਂਤੀ ਹੈ ਆਮ ਲੋਕ ਆਪਣੇ ਲੇਬਰ ਡੇ ਦੀ ਛੁੱਟੀ ਵਾਲੀ ਸ਼ਾਮ گزار ਰਹੇ ਸਨ ਮਰਤਕ ਮੁਲਾਜ਼ਮ ਦੀ شناخت ਡੈਮਨ ਐਂਡਰਸਨ ਦੇ ਵਜੋਂ ਹੋਈ ਹੈ ਤੇ ਇਹਦੀ Laash ਘਾਹ ਤੇ ਝਾੜੀਆਂ ਵਾਲੇ ਇਲਾਕੇ ਤੋਂ ਮਿਲੀ ਹੈ ਜ਼ਖਮਾਂ ਦੇ ਸਰੀਰ ਉੱਤੇ ਕਾਫੀ ਨਿਸ਼ਾਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਨੂੰ ਘਿਣਾਉਣਾ ਤੇ ਦਿਲ ਕੰਬਾਉ ਕਹਿ ਕੇ ਨਿੰਦਿਆ ਹੈ ਟਰੂਡੋ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਸਾਰੇ ਹਾਲਾਤਾਂ ਦੀ ਨਿਗਰਾਨੀ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਟਾਟਾ ਸੰਸ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਮੁੰਬਈ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਮਿਸਤਰੀ ਦੀ ਐਤਵਾਰ ਨੂੰ ਕਾਰ ਹਾਦਸੇ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਸੀ 54 ਸਾਲ ਦੀ ਉਮਰ ਸੰਨ ਮੁੰਬਈ ਦੇ ਵਰਲੀ ਸਥਿਤ ਇਲੈਕਟ੍ਰਿਕ ਸ਼ਮਸ਼ਾਨ ਘਾਟ ਦੇ ਵਿੱਚ Hindu ਰੀਤੀ ਰਿਵਾਜਾਂ ਦੇ ਮੁਤਾਬਿਕ ਉਹਨਾਂ ਦਾ ਸੰਸਕਾਰ ਕੀਤਾ ਗਿਆ ਮਿਸਤਰੀ 2012 ਤੋਂ 16 ਤੱਕ ਟਾਟਾ ਸਨਸ ਦੇ ਚੇਅਰਮੈਨ ਰਹੇ ਨੇ ਮਿਸਤਰੀ ਅਤੇ ਉਹਨਾਂ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਐਤਵਾਰ ਦੁਪਹਿਰੇ ਮਹਾਰਾਸ਼ਟਰ ਦੇ ਪਾਲਕਰ ਜ਼ਿਲ੍ਹੇ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਰੈਟਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਆਰਥਿਕ ਵਰਗਾਂ ਤੇ ਕਮਜ਼ੋਰ ਵਰਗਾਂ ਨੂੰ ਦਾਖਲਿਆਂ ਅਤੇ ਨੌਕਰੀਆਂ ਦੇ ਵਿੱਚ 10% ਦੀ ਰਾਖਵਾ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸੰਵਿਧਾਨਕ ਵੈਧਤਾ ਤੇ ਪਟੀਸ਼ਨਾਂ ਤੇ 13 ਸਤੰਬਰ ਤੋਂ ਸੁਣਵਾਈ ਸ਼ੁਰੂ ਹੋਵੇਗੀ

ਚੀਫ ਜਸਟਿਸ ਯੂਯੂ ਲਲਿਤਨੀ ਅਗਵਾਈ ਵਾਲੇ ਪੰਜ ਜੱਜਾਂ ਦੇ ਸੰਵਿਧਾਨਿਕ ਬੈਂਚ ਨੇ ਇਹ ਗੱਲ ਉਦੋਂ ਕਹੀ ਜਦੋਂ ਬੈਂਚ ਨੂੰ ਦੱਸਿਆ ਗਿਆ ਕਿ ਵਕੀਲਾਂ ਨੂੰ ਜਿਰਾ ਕਰਨ ਦੇ ਲਈ 18 ਘੰਟੇ ਲੱਗਣਗੇ ਤਾਂ ਇਹਨਾਂ ਪਟੀਸ਼ਨਾਂ ਤੇ 13 13 ਸਤੰਬਰ ਤੋਂ ਸੁਣਵਾਈ ਸ਼ੁਰੂ ਹੋ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਹੈ ਚੀਫ ਜਸਟਿਸ ਨੇ ਈਡੀ ਨੇ ਦਿੱਲੀ ਆਪਕਾਰੀ ਨੀਤੀ ਦੇ ਵਿੱਚ ਕਥਿਤ ਬੇਨਿਜ਼ਮੀਆਂ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸੰਬੰਧੀ ਦਿੱਲੀ ਤੇ ਪੰਜ ਸੂਬਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੰਗਲਵਾਰ ਨੂੰ ਛਾਪੇ ਮਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਕੁਝ ਹੋਰ ਅਧਿਕਾਰੀਆਂ ਤੇ ਦਿੱਲੀ ਦੀ ਨਵੀਂ ਆਮਕਾਰੀ ਨੀਤੀ 2021 ਬਾਈ ਨੂੰ ਲਾਗੂ ਕਰਨ ਵਿੱਚ ਬੇਨਿਯਮੀਆਂ ਦੇ ਦੋਸ਼ ਲੱਗੇ ਨੇ ਰਾਜਪਾਲ ਦੀ ਸ਼ਿਕਾਇਤ ਤੋਂ ਬਾਅਦ ਸੀਬੀਏ ਦੇ ਵੱਲੋਂ ਇਹ ਜਾਂਚ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਨੀਤੀ ਵਾਪਸ ਲੈ ਲਈ ਗਈ ਹੈ ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ, ਤੇਲੰਗਾਨਾ, ਮਹਾਰਾਸ਼ਟਰ, ਹਰਿਆਣਾ, ਯੂਪੀ ਅਤੇ ਕਰਨਾਟਕਾ ਦੇ ਵਿੱਚ ਕਰੀਬ 30 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਵੀ ਛਾਪੇਮਾਰੀ ਚੱਲ ਰਹੀ ਹੈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਭਾਜਪਾ ਦਾ ਸਾਥ ਛੱਡ ਤੋਂ ਬਾਅਦ ਦਿੱਲੀ ਪਹੁੰਚੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਪ੍ਰਮੁੱਖ ਲੀਡਰਾਂ ਦੇ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਭਾਜਪਾ ਦੇ ਨਾਲ ਨਾਤਾ ਤੋੜਨ ਤੋਂ ਬਾਅਦ ਪਹਿਲੀ ਵਾਰੀ ਦਿੱਲੀ ਪਹੁੰਚੇ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਵਿਰੋਧੀ ਧਿਰ ਦੇ ਕਈ ਲੀਡਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੋਮਵਾਰ ਨੂੰ ਪਹੁੰਚੇ ਸੀ ਤੇ ਸਭ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਨਰਲ ਸਕੱਤਰ ਸਿਤਰam ਰੇਚਰੀ ਨੂੰ ਮਿਲੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਦੇ ਹੈ ਰਾਜਾ ਦੇ ਨਾਲ ਵੀ ਮੁਲਾਕਾਤ ਹੋਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਦੇ ਨਾਲ ਵੀ ਮੁਲਾਕਾਤ ਕੀਤੀ ਇਸ ਦਰਮਿਆਨ ਨितीश ਕੁਮਾਰ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿੱਚ ਮੁਰਦ ਦੁਹਰਾਇਆ ਹੈ ਕਿ ਉਹਨਾਂ ਦੀ ਇੱਛਾ ਪ੍ਰਧਾਨ ਮੰਤਰੀ ਬਣਦੀ ਨਹੀਂ ਹੈ ਨितीश ਕੁਮਾਰ ਦੀ ਜਿਹੜੀ ਸਭ ਤੋਂ ਅਹਿਮ ਮੀਟਿੰਗ ਹੋਈ ਹੈ ਉਹ ਕਾਂਗਰਸ ਦੇ ਸਾਬਕਾ ਕੌਮੀ ਲੀਡਰ ਰਾਹੁਲ ਗਾਂਧੀ ਦੇ ਨਾਲ ਹੋਈ ਹੈ ਤੇ ਰਾਹੁਲ ਗਾਂਧੀ ਤੇ ਨितीश ਕੁਮਾਰ ਦੀ ਮੀਟਿੰਗ ਤੋਂ ਬਾਅਦ ਬੀਜੇਪੀ ਨੇ ਫਿਰ ਤੰਝ ਕੱਸਿਆ ਹੈ ਕਿ ਪੀਐਮ ਪਦ ਦੀ ਕੋਈ ਵੈਕੈਂਸੀ ਹੀ ਨਹੀਂ ਹੈ ਯਾਨੀ ਕਿ ਪੀਐਮ ਅਹੁਦੇ ਦੀ ਕੋਈ ਅਸਾਮੀ ਖਾਲੀ ਨਹੀਂ ਹੈ ਬੀਜੇਪੀ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਤੰਝ ਭਰੇ ਅੰਦਾਜ਼ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਤੇ ਕੋਈ ਵੈਕੈਂਸੀ ਨਹੀਂ ਹੈ ਉਹਨੇ ਇਹ ਵੀ ਕਿਹਾ ਕਿ ਜਿੰਨੀ ਕੋਸ਼ਿਸ਼ ਨਿਤਿਸ਼ ਕੁਮਾਰ ਦਿੱਲੀ ਦੇ ਵਿੱਚ ਕਰ ਰਹੇ ਨੇ ਹੁਣ ਜੇ ਐਨੀ ਕੋਸ਼ਿਸ਼ ਉਹਨਾਂ ਨੇ ਬਿਹਾਰ ਦੇ ਵਿਕਾਸ ਦੇ ਵਿੱਚ ਕੀਤੀ ਹੁੰਦੀ ਤਾਂ ਐਨੇ ਬਿਹਾਰੀ ਨੌਜਵਾਨ ਬੇਰੁਜ਼ਗਾਰ ਨਾ ਹੁੰਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੀ 4 ਦਿਨਾ ਭਾਰਤ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਸਮੱਸਿਆ ਦਾ ਹੱਲ ਦੋਸਤੀ ਰਾਹੀਂ ਕੀਤਾ ਜਾ ਸਕਦਾ ਹੈ ਪ੍ਰਧਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਉਨ੍ਹਾਂ ਦਾ ਸਵਾਗਤ ਕੀਤਾ ਜਿੱਥੇ ਉਨ੍ਹਾਂ ਨੂੰ ਤਿੰਨ ਫੌਜਾਂ ਦੇ ਵੱਲੋਂ ਸਲਾਮੀ ਵੀ ਦਿੱਤੀ ਗਈ ਰਾਸ਼ਟਰਪਤੀ ਭਵਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਸੀਨਾ ਨੇ ਕਿਹਾ ਕਿ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਦੋਵਾਂ ਮੁਲਕਾਂ ਵਿੱਚ ਲੋਕਾਂ ਦੀ ਹਾਲਤ ਸੁਧਾਰਨ ਗਰੀਬੀ ਦੇ ਖਾਤਮੇ ਤੇ ਆਰਥਿਕ ਵਿਕਾਸ ਤੇ ਕੇਂਦ੍ਰਿਤ ਰਹੇਗੀ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਰਤ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਮੋਦੀ ਅਤੇ ਸ਼ੇਖ ਹਸੀਨਾ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਕੁਸ਼ਿਆਰਾ ਨਦੀ ਦੇ ਪਾਣੀ ਦੇ ਵਟਵਾਰੇ ਦੇ ਲਈ ਇੱਕ ਸਮਝੌਤਾ ਹੋਇਆ ਹੈ ਮੋਦੀ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਕੁਸ਼ਿਆਰਾ ਨਦੀ ਦੇ ਪਾਣੀ ਦੀ ਵੰਡ ਤੇ ਇੱਕ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਕੀਤੇ ਨੇ ਇਸ ਨਾਲ ਭਾਰਤ ਵਿੱਚ ਦੱਖਣੀ ਅਸਾਮ ਅਤੇ ਬੰਗਲਾਦੇਸ਼ ਵਿੱਚ ਸਿਲਹਟ ਇਲਾਕੇ ਨੂੰ ਲਾਭ ਹੋਵੇਗਾ ਭਾਰਤੀ ਕ੍ਰਿਕਟ ਖਿਡਾਰੀ ਸੁਰੇਸ਼ ਰੈਣਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਸੁਰੇਸ਼ ਰੈਣਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਲਿਖਿਆ ਕਿ ਮੇਰੇ ਦੇਸ਼ ਤੇ ਯੂਪ ਸੂਬੇ ਦਾ ਸੂਬੇ ਦੀ ਅਗਵਾਈ ਕਰਨਾ ਮੇਰੀ ਖੁਸ਼ਕਿਸਮਤੀ ਸੀ ਮੇਰੀ ਯੋਗਤਾ ਤੇ ਭਰੋਸਾ ਰੱਖਣ ਤੇ ਹਮੇਸ਼ਾ ਮੇਰਾ ਸਾਥ ਦੇਣ ਦੇ ਲਈ ਮੈਂ ਬੀਸੀਸੀਆਈ ਯੂਪ ਕ੍ਰਿਕਟ ਐਸੋਸੀਏਸ਼ਨ ਚੇਨਈ ਸੁਪਰ ਕਿੰਗਸ ਰਾਜੀਵ ਸ਼ੁਕਲਾ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸ਼ੁਕਰੀਆ ਕਹਿਣਾ ਚਾਹੁੰਦਾ ਹਾਂ ਸੀਨੀਅਰ ਡਿਪਲੋਮੈਟ ਸੰਜੀ ਕੁਮਾਰ ਵਰਮਾ ਨੂੰ ਕੈਨੇਡਾ ਦੇ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਜਦਕਿ ਅਮਿਤ ਕੁਮਾਰ ਜੋ ਇਸ ਵਕਤ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਦੇ ਵਜੋਂ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਦੱਖਣੀ ਕੋਰੀਆ ਦੇ ਵਿੱਚ ਅਗਲੇ ਭਾਰਤੀ ਰਾਜਦੂਤ ਦੇ ਵਜੋਂ ਨਿਯੁਕਤ ਕੀਤਾ ਗਿਆ ਹੈ ਬਿਆਨ ਜਾਰੀ ਕਰਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਰਮਾ ਭਾਰਤੀ ਵਿਦੇਸ਼ ਸੇਵਾ ਦੇ 188 ਬੈਚ ਦੇ ਅਧਿਕਾਰੀ ਨੇ ਮੌਜੂਦਾ ਸਮੇਂ ਵਿੱਚ ਜਾਪਾਨ ਵਿੱਚ ਭਾਰਤ ਦੇ ਰਾਜਦੂਤ ਨੇ ਉਛੇਤੀ ਨਵਾਂ ਅਹੁਦਾ ਸਾਂਭਣਗੇ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਨੇ ਆਪਣੀ ਸਰਕਾਰੀ ਰਿਹਾਇਸ਼ ਡ ਮਹਾਰਾਣੀ ਨੂੰ ਆਪਣਾ ਅਸਤੀਫਾ ਉਹਨਾਂ ਨੇ ਸਕਾਟਲੈਂਡ ਜਾ ਕੇ ਸੌਂਪਣਾ ਹੈ ਮਹਾਰਾਣੀ ਐਲਿਜ਼ਾਬੈਥ ਅੱਜਕੱਲ ਸਕਾਟਲੈਂਡ ਰਹਿੰਦੇ ਨੇ ਤੇ ਇਸ ਤੋਂ ਪਹਿਲਾਂ ਆਪਣੀ ਰਿਹਾਇਸ਼ ਛੱਡਣ ਦੇ ਵੇਲੇ ਬਾਰਿਸ ਨੇ মিডিਆ ਨੂੰ ਸੰਬੋਧਨ ਵੀ ਕੀਤਾ ਤੇ ਹੁਣ ਨਵੀਂ ਜਿਹੜੀ ਪ੍ਰਧਾਨ ਮੰਤਰੀ ਹੈ ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਬਰਤਾਨੀਆ ਮੁਲਕ ਨੂੰ ਸੰਭਾਲਿਆ ਜਾਊਗਾ ਲਿਸਟ੍ਰਸ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁੰਕ ਨੂੰ ਹਰਾਇਆ ਹੈ ਲਿਸਟ੍ਰਸ ਨੂੰ ਕੁੱਲ 88 326 ਵੋਟਾਂ ਮਿਲੀਆਂ ਨੇ ਇਜ਼ਰਾਈਲ ਨੇ ਆਖਰਕਾਰ 4 ਮਹੀਨੇ ਬਾਅਦ ਮੰਨ ਲਿਆ ਹੈ ਕਿ ਫਲਸਤੀਨੀ ਮੂਲ ਦੀ ਅਮਰੀਕੀ ਪੱਤਰਕਾਰ ਸ਼ਰੀਨ ਅਬੂ ਅਕਲਾਦੀ ਮੌਤ ਫੌਜ ਤੋਂ ਗਲਤੀ ਦੇ ਨਾਲ ਹੋਈ ਹੈ। ਉਹਨਾਂ ਨੇ ਮੰਨਿਆ ਹੈ ਕਿ ਸਾਡੇ ਫੌਜੀਆਂ ਵਿੱਚੋਂ ਕਿਸੇ ਇੱਕ ਨੇ ਗਲਤੀ ਨਾਲ ਅਲ ਜਜ਼ੀਰਾ ਦੀ ਪੱਤਰਕਾਰ ਨੂੰ ਮਾਰ ਦਿੱਤਾ। ਅਕਲਾ ਤੇ ਮਈ ਮਹੀਨੇ ਵਿੱਚ ਉਸ ਸਮੇਂ ਗੋਲੀ ਚੱਲੀ ਸੀ ਜਦੋਂ ਵੈਸਟ ਬੈਂਕ ਦੇ ਵਿੱਚ ਛਾਪੇਮਾਰੀ ਨੂੰ ਕਵਰ ਕਰਨ ਦੇ ਲਈ ਗਈ ਹੋਈ ਸੀ। ਹਾਲਾਂਕਿ ਫੌਜ ਨੇ ਹਮਲੇ ਦੇ ਵਿੱਚ ਸ਼ਾਮਲ ਫੌਜੀਆਂ ਦੇ ਖਿਲਾਫ ਅਪਰਾਧਿਕ ਜਾਂਚ ਸ਼ੁਰੂ ਕਰਨ ਤੋਂ ਵੀ ਇਨਕਾਰ ਕੀਤਾ ਹੈ। ਅਬੂ ਅਕਲਾ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਇਜ਼ਰਾਈਲੀ ਫੌਜ ਲਗਾਤਾਰ ਸੱਚ ਲੁਕਾਉਣ ਅਤੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਚਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਆਖਿਰਕਾਰ ਇਜ਼ਰਾਈਲ ਨੇ ਮੰਨ ਲਿਆ ਹੈ ਕਿ ਗਲਤੀ ਦੇ ਨਾਲ ਉਹਨਾਂ ਨੇ ਅਲ ਜਜ਼ੀਰਾ ਦੀ ਪੱਤਰਕਾਰ ਨੂੰ ਮਾਰ ਦਿੱਤਾ ਪਹਿਲਾਂ ਤਾਂ ਇਹ ਮੰਨਿਆ ਹੀ ਨਹੀਂ ਜਾ ਰਿਹਾ ਸੀ ਫੌਜ ਦੇ ਵੱਲੋਂ ਕਿ ਫੌਜ ਨੇ ਅਲ ਜਜ਼ੀਰਾ ਦੀ ਪੱਤਰਕਾਰ ਨੂੰ ਮਾਰਿਆ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਧੰਨਵਾਦ